ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਲੁੱਟ ਖਸੁੱਟ ਦੀਆਂ ਵਾਰਦਾਤਾਂ ਨਾਲ ਆਮ ਆਦਮੀ ਡਰ ਦੇ ਸਾਏ ਵਿੱਚ ਜੀ ਰਿਹਾ ਹੈ। ਪਿਛਲੇ ਦਿਨੀ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਜੈਤੋਂ ਵਿੱਚ ਇੱਕ ਤੋਂ ਬਾਅਦ ਇੱਕ ਵੱਡੀਆਂ ਲੁੱਟ ਦੀਆਂ ਵਾਰਦਾਤਾਂ ਹੋਈਆਂ ਸਨ ਅਤੇ ਇਹਨਾਂ ਵਾਰਦਾਤਾਂ ਨੂੰ ਦਿਨ ਦਿਹਾੜੇ ਹੀ ਘਰ ਵਿੱਚ ਵੜ ਕੇ ਹਥਿਆਰਾਂ ਦੇ ਜ਼ੋਰ 'ਤੇ ਲੁੱਟਿਆ ਗਿਆ ਸੀ ਅਤੇ ਘਰਾਂ ਦੇ ਵਿੱਚੋਂ ਵੱਡੀ ਮਾਤਰਾ ਵਿੱਚ ਸੋਨਾ ਚਾਂਦੀ ਅਤੇ ਕੈਸ਼ ਉਡਾਇਆ ਗਿਆ ਸੀ। ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋਨਾਂ ਹੀ ਵਾਰਦਾਤਾਂ ਦੇ ਦੋਸ਼ੀਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ ਅਤੇ ਲੁੱਟੀ ਗਈ ਰਾਸ਼ੀ ਸੋਨਾ ਚਾਂਦੀ ਵੀ ਬਰਾਮਦ ਕਰ ਲਿਆ ਹੈ। ਪੁਲਿਸ ਦੇ ਅਨੁਸਾਰ ਇਹਨਾਂ ਪੂਰੀਆਂ ਵਾਰਦਾਤਾਂ ਦਾ ਪਲਾਨ ਇੱਕ ਔਰਤ ਮਾਸਟਰਮਾਈਂਡ ਹੈ। ਜੈਤੋ ਸ਼ਹਿਰ ਕੇ ਜੋ ਦੋ ਡਕੈਤੀ ਕੇ ਮਾਮਲੇ ਉਹ ਫਰੀਦਕੋਟ ਕੀ ਪੁਲਿਸ ਨੇ ਬੜੀ ਮੁਸਤੈਦੀ ਸੇ ਬੜਾ ਹਾਰਡਵਰਕ ਕਰਨੇ ਕੇ ਬਾਅਦ ਇਹ ਦੋਨੋਂ ਕੇਸ ਟ੍ਰੇਸ ਕਰ ਲਏ ਗਏ ਹੈ। ਇਸ ਮੇਂ 6 ਮੁਲਜ਼ਮ ਅੰਮ੍ਰਿਤਸਰ ਕੇ ਔਰ 2 ਲੇਡੀਜ਼ ਕੋ ਗ੍ਰਿਫਤਾਰ ਕੀਆ ਗਿਆ ਹੈ। ਉਨਕੇ ਪਾਸ ਸੇ ਕੋਈ 4 ਲੱਖ ਸੇ ਉੱਪਰ ਕੈਸ਼, 170 ਗ੍ਰਾਮ ਸੋਨਾ, 4 ਕਿਲੋ ਕੇ ਕਰੀਬ ਚਾਂਦੀ ਔਰ ਜੋ ਵੈਪਨ ਆਫ ਅਫੈਂਸ ਹੈ, ਹਥਿਆਰ ਹੈ, ਜਿਨਸੇ ਇਹ ਲੋਕ ਡਕੈਤੀ ਕਰਤੇ ਥੇ, ਉਹ ਪੁਲਿਸ ਨੇ ਬਰਾਮਦ ਕਰ ਲਏ ਗਏ ਹੈ। ਇਸ ਮੇਂ ਇਹ ਖਾਸ ਬਾਤ ਹੈ ਕਿ ਲੋਕਲ ਜੈਤੋ ਕੇ ਰਹਿਣੇ ਵਾਲੀ ਸਵਿਤਾ, ਜਿਸਨੇ ਕਿ ਇਹ ਵਾਰਦਾਤ ਕੋ ਅੰਜਾਮ ਦੀਆ, ਉਸਨੇ ਪਹਿਲੀ ਵਾਰਦਾਤ ਤੋਂ ਕਰਵਾਈ ਆਪਣੇ ਚਾਚਾ ਸਹੁਰਾ ਕੇ ਘਰ ਮੇਂ। ਉਸਕੇ ਪਾਸ ਇਨਫਾਰਮੇਸ਼ਨ ਥੀ ਕਿ ਇਹਨੋਨੇ ਬੈਂਕ ਸੇ ਕੈਸ਼ ਔਰ ਜਵੈਲਰੀ ਨਿਕਾਲੀ ਹੋਈ ਹੈ। ਸੈਕਿੰਡ ਵਾਰਦਾਤ ਉਸਨੇ ਕਰਵਾਈ ਉਸਕੇ ਘਰ ਕੇ ਸਾਹਮਣੇ ਜੋ ਅਮੀਰ ਲੋਕ ਰਹਿਤੇ ਥੇ, ਉਸਕੋ ਇਨਫਾਰਮੇਸ਼ਨ ਥੀ ਕਿ ਇਹਨੋਨੇ ਕੈਸ਼ ਔਰ ਜਵੈਲਰੀ ਇਨਕੇ ਪਾਸ ਹੈ ਔਰ ਇਸ ਟਾਈਮ ਪੇ ਮੇਲ ਮੈਂਬਰਸ ਘਰ ਮੇਂ ਨਹੀਂ ਹੋਤੇ ਤੋ ਡਕੈਤੀ ਕਰਵਾ ਕੇ ਮੁਲਜ਼ਮੋਂ ਕੋ ਕਾਫੀ ਸੋਨਾ ਔਰ ਚਾਂਦੀ ਔਰ ਕੈਸ਼ ਮਿਲ ਸਕਤਾ ਹੈ। ਪਹਿਲੀ ਵਾਰਦਾਤ ਤੋਂ ਚਾਚਾ ਸਹੁਰਾ ਹੈ ਰਤਨ ਇਸਕਾ, ਦੂਸਰਾ ਇਸਕੇ ਘਰ ਕੇ ਸਾਹਮਣੇ ਰਹਿਤੇ ਥੇ ਲੋਕ, ਇੱਕ ਰਿਲੇਟਿਵ ਥੀ ਜਹਾਂ ਡਕੈਤੀ ਕਰਵਾਈ ਇਸਨੇ, ਦੂਸਰਾ ਇਸਕੇ ਘਰ ਕੇ ਸਾਹਮਣੇ ਵਾਲੇ ਲੋਕ ਥੇ, ਇਸਕੇ ਪਾਸ ਇਨਫਾਰਮੇਸ਼ਨ ਥੀ। ਜੋ ਇਹ ਲੇਡੀ ਸੀ ਉਸੀ ਘਰ ਮੇਂ ਰਹਿਤੀ ਥੀ ਜਹਾਂ? ਨਹੀਂ ਨਹੀਂ, ਅਲੱਗ ਘਰ ਮੇਂ ਰਹਿਤੀ ਥੀ। ਇਹ ਪਾਸ ਹੀ ਅਗਰ ਸਰ ਕਿਆ ਕਰੰਟ ਪਰ ਕੋਈ ਪਹਿਲੇ ਮੁਕਦਮਾ ਦਰਜ ਹੋ ਲੋਕ ਅਭੀ ਇਨਕਾ ਐਂਟੀਸੀਡੈਂਟਸ ਹਮ ਵੈਰੀਫਾਈ ਕਰਵਾ ਰਹੇ ਹਾਂ ਲੋਕਲ ਪੁਲਿਸ ਸੇ। 2 ਵਾਰਦਾਤ ਜੈਤੋ ਕੀ ਟ੍ਰੇਸ ਹੋ ਚੁੱਕੀ ਹੈ, ਇੱਕ ਵਾਰਦਾਤ ਅੰਮ੍ਰਿਤਸਰ ਕੀ ਹੈ ਡਕੈਤੀ ਕੀ, ਉਹ ਹਮ ਅੰਮ੍ਰਿਤਸਰ ਪੁਲਿਸ ਸੇ ਹਮਸੇ ਕਨਫਰਮੇਸ਼ਨ ਆ ਗਈ ਹੈ। ਇੱਕ ਵਾਰਦਾਤ ਡਕੈਤੀ ਕੀ, FIR ਨੰਬਰ ਹੈ 129/17 ਇਸਲਾਮਾਬਾਦ ਕੀ ਇੱਕ ਡਕੈਤੀ ਕੀ ਵਾਰਦਾਤ ਆ ਗਈ ਹੈ ਔਰ ਅਭੀ ਇਨਕਾ ਪੁਲਿਸ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਹੋਗੀ। ਫਰੀਦਕੋਟ ਤੋਂ ਜਾਗਰਤੀ ਲਹਿਰ ਦੇ ਲਈ ਗੁਰਜੀਤ ਰੋਮਾਨਾ ਦੀ ਰਿਪੋਰਟ।